ਸਵਾਗਤ ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਤਰ੍ਹਾਂ ਖਬਰਾਂ ਤੇ ਚਰਚਾ ਕਰਾਂਗੇ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਨਾਲ ਸਵਾਗਤ ਕਰਦੇ ਹਾਂ ਫਿਰ ਕਰਦੇ ਚਰਚਾ ਪੰਨੂ ਸਾਹਿਬ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਪੰਨੂ ਸਾਹਿਬ ਗਰਮੀਬਾਦੀ ਜਾ ਰਹੀ ਹੈ ਤੇ ਨਾਲ ਦੀ ਨਾਲ ਸਿਆਸੀ ਪਾਰਾ ਵਿਵਾਦਾਂ ਜਾ ਰਿਹਾ ਹੈ ਜਲੰਧਰ ਦੀ ਜਿਮਨੀ ਚੋਣ ਨੂੰ ਲੈ ਕੇ ਸਿਆਸਤਦਾਨਾਂ ਨੇ ਜਿਸ ਹਿਸਾਬ ਦੇ ਨਾਲ ਚੋਣ ਪ੍ਰਚਾਰ ਕਰਨਾ ਸ਼ ਆਉਂਦੇ ਦਿਨਾਂ ਨੂੰ ਲੱਗਦਾ ਪਿਆ ਸਾਰੇ ਆਪਣਾ ਆਪਣਾ ਦਾਵਾ ਠੋਕਦੇ ਪਏ ਐ ਅੱਜ ਸ਼੍ਰੋਮਣੀ ਕਾਲੀ ਦਲ ਦਾ ਇੱਕ ਲੀਡਰ ਭਾਜਪਾ ਵਿੱਚ ਸ਼ਾਮਲ ਹੋ ਗਿਆ ਦੂਸਰੇ ਪਾਸੇ ਇਹ ਵੀ ਦੱਸਿਓ ਕਿ 2017 ਦੀਆਂ ਚੋਣਾਂ ਤਾਂ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਲੜੀਆਂ ਸੀਗੀਆਂ ਤੇ ਬਦਲਣ ਦਾ ਕਾਰਨ ਕੀ ਹੋ ਸਕਦਾ ਦਲ ਬਦਲੀਆਂ ਵੀ ਚੱਲਦੀਆਂ ਪਈਆਂ ਅਕਾਲੀ ਦਲ ਦੇ ਲੀਡਰ ਨੇ ਤੇ ਭਾਜਪਾ ਦੇ ਲੀਡਰ ਨੇ ਕਾਗਜ਼ ਵੀ ਦਾਖਲ ਕਰਵਾ ਦਿੱਤੇ ਆ ਕੀ ਕਹਿਣਾ ਚਾਹੁੰਦੇ ਜੀ ਨਵਜੀਤ ਜੀ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਇਸ ਚੋਣ ਵਾਸਤੇ ਨਕਸ਼ਾ ਸਾਫ਼ ਹੋ ਚੁੱਕਾ ਜੀ ਪੰਜ ਤਰ ਮੈਦਾਨ ਚ ਨੇ ਸਭ ਤੋਂ ਪਹਿਲਾਂ ਕਾਂਗਰਸ ਨੇ ਉਮੀਦਵਾਰ ਐਲਾਨ ਕੀਤਾ ਬੀਬੀ ਕਰਮਜੀਤ ਕੋਰ ਮੁੜ ਕੇ ਆਮ ਆਦਮੀ ਪਾਰਟੀ ਨੇ ਜਿਹੜਾ ਸੁਸ਼ੇਲ ਰਿੰਕੂ ਉਹਨੂੰ ਉਮੀਦਵਾਰ ਬਣਾਤਾ ਜੀ ਫਿਰ ਅਕਾਲੀ ਦਲ ਮਾਨ ਨੇ ਗੁਰਜੰਟ ਸਿੰਘ ਕਟੂ ਨੂੰ ਉਮੀਦਵਾਰ ਬਣਾਤਾ ਮੁੜ ਕੇ ਅਕਾਲੀ ਦਲ ਬਾਦਲ ਤੇ ਬੋਜਨ ਸਮਾਜ ਪਾਰਟੀ ਨੇ ਆਪਣੇ ਵੱਲੋਂ ਡਾਕਟਰ ਸੁਖਿੰਦਰ ਕੁਮਾਰ ਸੋਖੀ ਨੂੰ ਉਮੀਦਵਾਰ ਐਲਾਨ ਕਰਤਾ ਤੇ ਅਖੀਰ ਤੇ ਭਾਰਤੀ ਜਨਤਾ ਪਾਰਟੀ ਵਾਲਾ ਨੇ ਜੱਸਾਹਦ ਅਕਾਲੀਆਂ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਅਕਾਲੀਆਂ ਤੋਂ ਖੋਏ ਹੋਏ ਇੰਦਰ ਇਕਬਾਲ ਸਿੰਘ ạtਵਾਲ ਨੂੰ ਆਪਣਾ ਉਮੀਦਵਾਰ ਬਣਾਤਾ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਤੋਂ ਖੋਇਆ ਸੀ ਚਲੋ ਹੁਣ ਚੋਣ ਸਿੱਧੀ ਹੋ ਚੁੱਕੀ ਹੈ ਇਹ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦੇ ਕਾਗਜ਼ ਜਦੋਂ ਦਾਖਲ ਕਰਾਉਣੇ ਸੀ ਪੂਰੇ ਟੋਲ ਟਮਕੇ ਨਾਲ ਬਹੁਤ ਜ਼ੋਰਦਾਰ ਰੋਡ ਸ਼ੋਅ ਕਰਕੇ ਗਏ ਜੀ ਜਾ ਕੇ ਕਾਗਜ਼ ਦਾਖਲ ਕਰਾਤੇ ਸੀ ਮੈਂ ਉਦੋਂ ਵੀ ਅੱਕਰ ਸੀ ਕਿ ਅਕਬਰ ਤੇ ਬੀਰਬਲ ਦੀ ਲਕੀਰ ਵਾਂਗੂ ਅਕਬਰ ਦੀ ਲਕੀਰ ਕਹਿੰਦਾ ਛੋਟੀ ਕਰਕੇ ਵਿਖਾ ਤੇ ਬੀਰਬਲ ਨੇ ਦੋ ਗੱਠਾਂ ਲੰਮੀ ਖਿੱਚ ਕੇ ਆਖਿਆ ਇਹਦਣਾ ਛੋਟੀ ਐ ਇਸ ਕਰਕੇ ਹੁਣ ਆਮ ਆਦਮੀ ਪਾਰਟੀ ਦੀ ਲਕੀਰ ਨੂੰ ਛੋਟੀ ਕਰਨ ਵਾਸਤੇ ਬਾਕੀ ਪਾਰਟੀਆਂ 'ਚ ਕਿਸੇ ਨੂੰ ਇਦਾਂ ਵੱਡੀ ਲਕੀਰ ਖਿੱਚਣੀ ਪਵੇਗੀ ਲੱਗਦਾ ਇਹ ਆ ਕਿ ਉਸ ਮੁਕਾਬਲੇ 바ਜੀ 'ਚ ਨਹੀਂ ਪੈ ਇਹਦੇ ਉੱਤੇ એનર્ਜੀ ਵੇਸਟ ਕਰਨ ਦੀ ਥਾਂ ਉਹਨਾਂ ਸੋਚਿਆ ਚੋਣਾਂ 'ਚ ਜੋਰ ਲਾਵਾਂਗੇ ਕਾਂਗਰਸ ਪਾਰਟੀ ਨੇ ਪਹਿਲਾਂ ਕਾਗਜ਼ ਦਾਖਲ ਕਰਾ ਦਿੱਤੀ ਸੀ ਅੱਜ ਪਤਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਕਰਾ ਦਿੱਤੇ ਤੇ ਬਾਦਲ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ ਵੀ ਕਰਾ ਦਿੱਤੇ ਬਸ ਉੱਥੇ ਇਕੱਠ ਕੀਤਾ ਸੀ ਕਿੰਨਾ ਸੀ ਅੱਡਾ ਡੰਦਾ ਜੇ ਤੇ ਜਾ ਕੇ ਕਰਵਾਇਆ ਹੁਣ ਲੜਾਈ ਇਸ ਤੋਂ ਬਾਅਦ ਸਿਆਸੀ ਪੱਖ ਤੋਂ ਚਲਣੀ ਆ ਮੈਂ ਪਹਿਲਾਂ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਲੜਾਈ ਸੁਸ਼ੀਲ ਰਿੰਕੂ ਨੇ ਨਹੀਂ ਲੜਨੀ ਕਿਉਂਕਿ ਸਰਕਾਰ ਚਲਾ ਰਹੀ ਪਾਰਟੀ ਉਹਦੇ ਪਿੱਛੇ ਖੜੀ ਹੈ ਉਸ ਪਾਰਟੀ ਦੇ ਇੱਕ ਸਾਲ ਦੇ ਚੰਗੇ ਮੰਗਦੇ ਦੇ ਲੇਖੇ ਜੋਖੇ ਤੇ ਚੋਣ ਲੜੀ ਜਾਣੀ ਲੀਡਰ ਜੋ ਮਰਜੀ ਆਖ ਜਾਣ ਲੋਕ ਪਰਖਣ ਕਿ ਉਹਨਾਂ ਨੇ ਸਾਨੂੰ ਕੁਝ ਦਿੱਤਾ ਕਿ ਨਹੀਂ ਦਿੱਤਾ ਲੋਕ ਲੀਡਰਾਂ ਤੋਂ ਸਿਆਣੇ ਹੁੰਦੇ ਕਾਂਗਰਸ ਪਾਰਟੀ ਨੇ ਆਪਣੀ ਉਮੀਦਵਾਰ ਜਿਹੜੀ ਉਹਦੇ ਪਤੀ ਦੀਆਂ ਸੇਵਾਵਾਂ ਤੇ ਉਹਦੇ ਨਾਲ ਲੋਕਾਂ ਦੀਆਂ ਹਮਦਰਦੀਆਂ ਤੇ ਕਾਂਗਰਸ ਪਾਰਟੀ ਇਸ ਤਰ੍ਹਾਂ ਦੇਸ਼ 'ਚ ਜਿਵੇਂ ਲੜਾਈ ਲੜਦੀ ਪਈ ਹੈ ਖਾਸ ਕਰਕੇ ਰਾਹੁਲ ਗਾਂਧੀ ਦੀ ਸਰਗਰਮੀ ਉਹ ਸਾਰੇ ਕੁਝ ਨੂੰ ਲੈ ਕੇ ਆਪਣੇ ਢੰਗ ਨਾਲ ਚੋਂ ਲੜਨੀ ਹੈ ਭਾਰਤੀ ਜਨਤਾ ਪਾਰਟੀ ਦੇ ਪਿੱਛੇ ਸਾਰੇ ਦੇਸ਼ ਦੀ ਇੱਕ ਵੱਡੀ ਸੰਸਥਾ ਜਿਹੜੀ ਹਿੰਦੂਤਵ ਦੇ ਨਾਂ ਦੇ ਉੱਤੇ ਖੜੀ ਹੈ ਉਹ ਵੀ ਹੋਣਗੇ ਦੇ ਅੰਦਰ ਦੀ ਸਰਕਾਰ ਹੋਵੇਗੀ ਸਵਾਲ ਉਹਨਾਂ ਵਾਸਤੇ ਵੀ ਵਿਚਾਰਦਾ ਆਕਾਲੀ ਦਲ ਆਪਣਾ ਖੁੱਸਿਆ ਵਿਕਾਰ ਬਹਾਲ ਕਰਨ ਵਾਸਤੇ ਚੋਣ ਲੜੇਗਾ ਜੀ ਉਹਨਾਂ ਦੇ ਲੀਡਰ ਤੇ ਸਾਬਕਾ ਮੰਤਰੀ ਦਰਜੀਤ ਸਿੰਘ ਚੀਮਾ ਦਾ ਬਿਆਨ ਆ ਗਿਆ ਕਿ ਸ਼ਾਨ ਨਾਲ ਵੱਡੇ ਫਰਕ ਨਾਲ ਜਿੱਤਾਂਗੇ ਸੁਭਾਨ ਅੱਲਾਹ ਲਾਹੌਰਿਆਂ ਚ ਕਹਿੰਦੇ ਹੁੰਦੇ ਅੱਡੀ ਸੁਣੀ ਗੱਲ ਸੁਣ ਕੇ ਲਿਆ ਵੀ ਤੇਰੇ ਮੂੰਹ ਚ ਖੰਡ ਮਿਸ਼ਰੀ ਮੈਂ ਕਹਿੰਦਾ ਨਾਲ ਗੁੜ ਦੀ ਰੋੜੀ ਵੀ ਦਿਓ ਕੋਈ ਗੱਲ ਨਹੀਂ ਅਕਾਲੀ ਦਲ ਮਾਨ ਵਾਲੇ ਕਹਿੰਦੇ ਸੰਗਰੂਦ ਦਰਾ ਕੇ ਵਿਖਾ ਦੇਾਂਗੇ ਜਦ ਤੱਕ ਇਹ ਨਤੀਜਾ ਨਹੀਂ ਆ ਜਾਂਦਾ ਜੋ ਜਿੱਤਾ ਵਹੀ ਸਿਕੰਦਰ ਇਹ ਸਾਰੇ ਦੇ ਸਾਰੇ ਸਿਕੰਦਰ ਨੇ ਸਾਰੇ ਜਿੱਤੇ ਸਮਝ ਲੋ ਤੇ ਇਹਨਾਂ ਦੀ ਚਰਚਾ ਨਾ ਕਰੋ ਚਰਚਾ ਲੋਕਾਂ ਚ ਚੱਲਣੀ ਹੈ ਲੋਕ ਅਜੇ ਚੁੱਪ ਨੇ ਨੇੜੇ ਜਾ ਕੇ ਮੂੰਹ ਖੋਲਣਗੇ ਇਹਦੇ ਦੌਰਾਨ ਜਿਹੜੀ ਟੁੱਟ ਭੱਜਿਆ ਪਾਰਟੀਆਂ ਬਦਲਣ ਦੀ ਇਧਰੋਂ ਉਧਰ ਛੜੱਪੇ ਮਾਰਨ ਦੇ ਉਹ ਪਹਿਲਾਂ ਹੀ ਚੱਲ ਪਈ ਸੀ ਉਹਨ ਹੋਰ ਅੱਗੇ ਵੱਧਦੀ ਜਾਂਦੀ ਹੈ ਪਿਛਲੇ ਅੰਦਰਾਂ ਚ ਵੇਖਿਆ ਅੱਜ ਤੱਕ ਪੰਜਾਬ ਚ ਦਲ ਬਦਲੀਆਂ ਤੇ ਹੋਈਆਂ ਸੀ ਹਰਿਆਣੇ ਬੜਾ ਆਯਾਰਾਮ ਗਿਆਰਾਮ ਉੱਥੇ ਉਹ ਦੋਧੜਾਂ ਚ ਮੁੜਿਆ ਸੀ ਗਿਆਰਾਮ ਵਾਪਸ ਆ ਗਿਆ ਸੀ ਕਹਿੰਦੇ ਹੁਣ ਆਯਾਰਾਮੋਗਾ ਨਾਮ ਬਦਲ ਗਿਆ ਉਹਦਾ ਇੱਥੇ ਜਿਹੜੀ ਕਾਂਗਰਸ ਦੀ ਉਮੀਦਵਾਰ ਆ ਉਹਦੇ ਜੇਠ ਦਾ ਪੁੱਤਰ ਸਾਬਕਾ ਐਮਐਲਏ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਗਿਆ ਸੀ ਸੌਦਨ ਸੌ ਕਿੱਟ ਪੂਰੇ ਕਰਨ ਤੋਂ ਪਹਿਲਾਂ ਪਹਿਲਾਂ ਵਾਪਸ ਆ ਗਿਆ ਚਲੋ ਪੰਜਾਬ ਨੂੰ ਵੀ ਇੱਕ ਆ ਰਾਮ ਗਿਆ ਆ ਰਾਮ ਮਿਲ ਗਿਆ ਜੀ ਹੁਣ ਅੱਜ ਇੱਕ ਸੱਜਣ ਹੋਰ ਦਲ ਬਦਲੀ ਕਰ ਗਿਆ ਉਹਨੇ 2017 ਦੇ ਚੋਣ ਆਮ ਆਦਮੀ ਪਾਰਟੀ ਵੱਲੋਂ ਲੜੀ ਕਹਿੰਦੇ ਇਸ ਗੱਲ ਨੂੰ ਬੜਾ ਘਮਾਇਆ ਜਾ ਰਿਹਾ ਕਿ ਉਦੋਂ ਨੇ 40000 ਵੋਟਾਂ ਲਈਆਂ ਸੀ ਉਹ 40000 ਵੋਟਾਂ ਉਹਦੀਆਂ ਨਹੀਂ ਸੀ ਆਮ ਆਦਮੀ ਪਾਰਟੀ ਦੀਆਂ ਸੀ ਜੀ ਜੇ ਉਹਦੀਆਂ ਹੁੰਦੀਆਂ ਤੇ ਉਹ ਥੋੜਾ ਚਿਰ ਬਾਅਦ ਅਕਾਲੀ ਦਲ ਚ ਸ਼ਾਮਲ ਹੋ ਗਿਆ ਸੀ ਅਕਾਲੀ ਦਲ ਦਾ ਜਿਹੜਾ ਉੱਥੋਂ 2017 ਦੀਆਂ ਜਿੱਤਿਆ ਸੀ ਚੋਣਾਂ ਉਹਦੀ ਮੌਤ ਹੋ ਗਈ ਤੇ ਉਹਦੀ ਥਾਂ ਦੇ ਉੱਤੇ ਉਹਦਾ ਪੁੱਤਰ ਖੜਾ ਸੀ ਤੇ ਅਕਾਲੀਆਂ ਨਾਲ ਸ਼ਾਮਲ ਹੋ ਗਿਆ ਅਕਾਲੀ ਸੰਭ ਦੀ ਅਸੀਂ 40000 ਵੋਟਾਂ ਲਿੱਕਿਆ ਤੇ ਉਪਚੋਣ ਦੇ ਵਿੱਚ ਇਹਨਾਂ ਦੇ ਉਮੀਦਵਾਰ ਨੂੰ ਜਿੰਨੀਆਂ ਵੋਟਾਂ ਮਿਲੀਆਂ ਉਹਦੀ ਗਿਣਤੀ ਕਰਦੇ ਹੁਣ ਤਰ੍ਹਾਂ ਲੱਗਦਾ ਕਾਂਗਰਸ ਪਾਰਟੀ ਇਹਨਾਂ ਨੂੰ ਹਰਾ ਕੇ ਅਕਾਲੀ ਪਾਰਟੀ ਨੂੰ ਵੀ ਤੇ 40000 ਵੋਟਾਂ ਵਾਲੇ ਦੀ ਹਮਾਇਤ ਨੂੰ ਵੀ ਹਰਾ ਕੇ ਤੇ ਕਾਂਗਰਸ ਦਾ ਲਾਡੀ ਜਿੱਤ ਗਿਆ ਸੀ ਸ਼ਾਹਕੋਟ ਤੋਂ ਉਹਨੂੰ ਕਹਿੰਦੇ ਆ ਕਿ ਕਾလျੀਆਂ ਨੂੰ ਛੱਡ ਕੇ ਭਾਜ-ਭਾਜ ਚਲਾ ਗਿਆ। ਮੈਨੂੰ ਪਤਾ ਨਹੀਂ ਕਿਸੇ ਸਿਆਣੇ ਪੱਤਰਕਾਰ ਨੇ ਉਹਨੂੰ ਪੁੱਛਿਆ ਕਿਨੇ ਪੁੱਛਿਆ ਬਸ ਇਹ ਪੁੱਛ ਲੈਣਾ ਚਾਹੀਦਾ ਸੀ ਕਿ ਆਪਣਾ ਅਗਲਾ ਫਿਊਚਰ ਪ੍ਰੋਗਰਾਮ ਕੀ ਅਗਲੀ ਵਾਰੀ ਕਿਹੜੀ ਪਾਰਟੀ ਜਾਣਾ। ਜਦੋਂ ਜਾਣ-ਜੂਣ ਦਾ ਇਰਾਦਾ ਸੁਭਾਜਾ ਬਣ ਗਿਆ ਹੋਵੇ। ਤੇ ਬੰਦਾ ਇੱਕ ਵਾਰੀ ਬਦਲਿਆ ਦੋ ਵਾਰੀ ਇੱਕ ਵਾਰੀ ਬਦਲਣਾ ਹੋਰ ਗੱਲ ਹੁੰਦੀ ਹੈ। ਕੋਈ ਦੋ ਵਾਰੀ ਬਦਲੇ। ਫਿਰ ਤੀਜੀ ਵਾਰੀ ਵੀ ਬਦਲਦਾ ਫਿਰ ਕੀ ਫਰਕ ਪੰਗਾ? ਜੀ। ਥੋੜਾ ਜਿਹਾ ਪੁੱਛ-ਪਛ ਲੈਣਾ ਚਾਹੀਦਾ। ਤੇ ਹੁਣ ਜਿੱਥੇ ਇੱਕ ਗੱਲ ਪਹੁੰਚੀ ਪਈ ਆ ਉਸ ਤੋਂ ਬਾਅਦ ਐਸੋੜੇ ਲੜਾਈ ਮੈਂ ਪਹਿਲਾਂ ਵੀ ਦੱਸ ਤਾ ਕਿ ਸਿੱਧੀ ਹੋ ਚੁੱਕੀ ਆ ਅਸੀਂ ਤਾਂ ਇਹ ਡਿੱਕੀ ਅਗਲਿਆਂ ਦਿਨਾਂ ਚ ਹੋਰ ਕੀ ਕੀ ਰੰਗ ਸਾਹਮਣੇ ਆਉਂਦੇ ਆ ਸਰਕਾਰ ਵੱਲੋਂ ਕੀ ਆਉਂਦੇ ਵਿਰੋਧੀ ਧਿਰ ਵੱਲੋਂ ਕੀ ਆਉਂਦੇ ਆ ਥੋੜਾ ਜਿਹਾ ਲੋਕਾਂ ਦੀ ਦਿਲਚਸਪੀ ਨੋਟ ਕਰਨ ਦਾ ਯਤਨ ਅਸੀਂ ਕਰਾਂਗੇ ਪਰ ਮੈਨੂੰ ਲੱਗਦਾ ਕਿ ਲੋਕ ਜਿੰਨੇ ਕੁ ਸਿਆਣੇ ਹੋ ਗਏ ਆ ਆ ਰੌਲਾ ਪਾਉਣ ਵਾਲੇ ਤੇ ਸਾਰੀਆਂ ਪਾਰਟੀਆਂ ਦੇ ਆਪੋ ਆਪਣੇ ਹੁੰਦੇ ਹੀ ਹੁੰਦੇ ਆ ਇਨਾਂ ਤੋਂ ਇਲਾਵਾ ਜਿਹੜੀ ਸਾਇਲੈਂਟ ਮੈਜੋਰਟੀ ਆ ਨਤੀਜੇ ਦਾ ਫੈਸਲਾ ਹੰਤ ਨੂੰ ਉਹ ਕਰਦੀ ਹੁੰਦੀ ਹੈ ਜੀ ਪੰਚ ਸਾਹਿਬ ਅੱਗੇ ਵੱਧਦੇ ਆ ਹਰਿਆਣਾ ਦਾ ਪੰਚਕੂਲਾ ਇਲਾਕਾ ਉੱਥੋਂ ਦਾ ਇੱਕ ਪਿੰਡ ਹੈ ਹੁਣ ਉਹਨੂੰ ਕਿਹਾ ਗਿਆ ਹੈ ਦੀ ਇਲਾਕੇ ਨੂੰ ਬਹੁਤ ਪਵਿੱਤਰ ਸ਼ਹਿਰ ਹੈ ਪਰ ਇਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਇਹਦੀ ਚਰਚਾ ਚੱਲਦੀ ਪਈ ਹੈ ਅਸਲ ਦੇ ਵਿੱਚ ਪੂਰਾ ਮਾਮਲਾ ਕੀ ਹੈ ਜੀ ਦੇਖੋ ਹਰਿਆਣੇ ਦੇ ਪੰਚਕੂਲਾ ਚ ਮਨਸਾ ਦੇਵੀ ਮੰਦਿਰ ਹੈ ਬੜੇ ਧਾਰਮਿਕ ਥਾਂ ਹੈ ਲੋਕਾਂ ਦੇ ਮਨ ਚ ਸ਼ਰਧਾ ਉਸ ਉਹਦੇ ਨਾਲ ਹੀ ਮਨਸਾ ਦੇ ਵੀ ਕੰਪਲੈਕਸ ਹਰਿਆਸ਼ੀ ਕੰਪਲੈਕਸ ਵੀ ਆ। ਉਹ ਸਾਰੇ ਏਰੀਏ ਨੂੰ ਹਰਿਆਣੇ ਦੀ ਸਰਕਾਰ ਨੇ ਪਵਿੱਤਰ ਇਲਾਕਾ ਘਰਾੜ ਦਿੱਤਾ ਸੀ। ਦਿੱਤਾ ਸ਼ਾਇਦ ਦਸੰਬਰ ਚ ਸੀ। ਰੌਲਾ ਹੋਣਾ ਕਿ ਪਿਆ। ਜੀ। ਜਿਹੜੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਜਾਂ ਜਿਹੜੇ ਇਲਾਕੇ ਨੂੰ ਪਵਿੱਤਰ ਇਲਾਕਾ ਐਲਾਨ ਕਰ ਦਿੱਤਾ ਜਾਵੇ। ਉੱਥੇ ਫਿਰ ਸ਼ਰਾਬ, ਮੀਟ ਇਹੋ ਜੀਆਂ ਦੁਕਾਨਾਂ ਜਿਹੜੀਆਂ ਨੇ ਉਹ ਸਾਰੀਆਂ ਨਹੀਂ ਚੱਲ ਸਕਦੀਆਂ ਸਾਰੀਆਂ ਚੀਜ਼ਾਂ ਤੇ ਪਾਬੰਦੀ ਹੁੰਦੀ ਹੈ ਲੋਕ ਆਪਣੇ ਘਰ 'ਚ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਕਰਨ ਤੇ ਉਹ ਵੀ ਮਨਾ ਹੁੰਦੀ ਉਹ ਅਲਾਉਟੀਆਂ ਦੇ ਬਾਹਰ ਲਿਆ ਕੇ ਕੋਈ ਜੇ ਸਮਝੇ ਵਿੱਚੋਂ ਪਛਪੀਤੇ ਮੈਂ ਆਪਣੇ ਘਰ 'ਚ ਚਲਾ ਚੱਲਿਆ ਨਾਕੇ ਤੇ ਫੜਿਆ ਗਿਆ ਤੇ ਸਜ਼ਾ ਉਨਵੇਂ ਹੋ ਸਕਦੀ ਹੈ ਉਦਾਂ ਸਾਡਾ ਤਜਰਬਾ ਇਹ ਹੈ ਕਿ ਜਿਹੜੇ ਜਿਹੜੇ ਸ਼ਹਿਰ ਪਵਿੱਤਰ ਸ਼ਹਿਰ ਕਰਾਰ ਦਿੱਤੇ ਗਏ ਉੱਥੇ ਵੀ ਇਹ ਬਿਮਾਰੀਆਂ ਰੁਕੀਆਂ ਨਹੀਂ ਜਿਹੜੇ ਇਹੋ ਜੇ ਕੰਮ ਕਰਨ ਵਾਲੇ ਉਹ ਧਾਰਮਿਕ ਪੁਰਸ਼ਾਂ ਦੇ ਚੋਲੇ ਪਾ ਕੇ ਤੇ ਉਹਨਾਂ ਦੇ ਭੇਸ ਵਿੱਚ ਸ਼ਰਾਬ ਵੀ ਵੇਚੀ ਜਾਂਦੇ ਮੀਟ ਵੀ ਵਰਤਾਈ ਜਾਂਦੇ ਸਭ ਕੁਝ ਚੱਲੀ ਜਾਂਦਾ ਉੱਥੇ ਲੋਕਾਂ ਤੋਂ ਉਲੜ ਰੱਖਿਆ ਜਾਂਦਾ ਇੱਥੇ ਹੁਣ ਸਰਕਾਰ ਨੇ ਕੁਝ ਧਾਰਮਿਕ ਲੋਕਾਂ ਦੇ ਦਬਾਅ ਥੱਲੇ ਕੁਝ ਅਗਲੀਆਂ 2024 ਦੀਆਂ ਪਾਰਲੀਮੈਂਟ ਤੇ ਹਰਿਆਣੇ ਦੀ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਵੇਖ ਕੇ ਇਹ ਐਲਾਨ ਕਰ ਦਿੱਤਾ ਕਿ ਧਾਰਮਿਕ ਥਾਂ ਹੈ ਮਾਤਾ ਮਨਸਾ ਦੇਵੀ ਦਾ ਮੰਦਿਰ ਉਸ ਇਲਾਕੇ ਨੂੰ ਪਵਿੱਤਰ ਸ਼ਹਿਰ ਕਰਾਰ ਦੇ ਦਿਓ ਉਦੇ ਖਿਲਾਫ ਇੱਕ ਪਟੀਸ਼ਨ ਚਲੀ ਗਿਆ ਹਾਈ ਕੋਰਟ ਤੇ ਉਹ ਪਟੀਸ਼ਨ ਕੀਤੀ ਆ ਹੋਟਲਾਂ ਤੇ ਰੈਸਟੋਰੈਂਟਾਂ ਵਾਲਿਆਂ ਨੇ ਕਿ ਸਾਡਾ ਤੇ ਕਾਰੋਬਾਰੀ ਖਾਣ ਪੀਣ ਤੇ ਆ ਜੇ ਤੁਸੀਂ ਇਹ ਪਾਬੰਦੀਆਂ ਲਾਤੀਆਂ ਜੇ ਇਸ ਇਲਾਕੇ ਨੂੰ ਪਵਿੱਤਰ ਇਲਾਕਾ ਐਕਰਾਰ ਦਿੱਤਾ ਤੇ ਸਾਡਾ ਕੰਮ ਕਿੱਦਾਂ ਚਲੇਗਾ ਜੀ ਹੁਣ ਸਵਾਲ ਇਹ ਆ ਕਿ ਜੇ ਦਸੰਬਰ ਦੀ ਸੇਹ ਨੋਟ ਨੋ ਫੈਸਲਾ ਦਸੰਬਰ ਦਾ ਆਇਆ ਸੀ ਤੇ ਹੁਣ ਆ ਕੇ 4 ਮਹੀਨੇ ਬਾਅਦ ਰੋਲਾ ਕਿਉਂ ਪਿਆ ਕਿਉਂਕਿ ਉਹਦਾ ਫੈਸਲਾ ਹੋਇਆ ਦਬ ਛੱਡਿਆ ਹੁਣ ਆ ਪਿਛਲੇ ਹਫਤੇ ਅਚਾਨਕ ਹਰਿਆਣਾ ਸਰਕਾਰ ਨੇ ਨੋਟੀਫਿਕੇਸ਼ਨ ਲਾਗੂ ਕਰਕੇ ਤੇ ਉੱਥੇ ਅਮਲ ਵਿੱਚ ਲਾਗੂ ਕਰਾਉਣਾ ਸ਼ੁਰੂ ਕਰਤਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਆ ਹੋ ਗਿਆ ਹੁਣ ਤੱਕ ਫੈਸਲਾ ਹੋਇਆ ਸੀ ਪਰ ਬਾਹਰ ਆਇਆ ਹੀ ਨਹੀਂ ਸੀ ਜੀ ਉਹਦੇ ਤੋਂ ਬਾਅਦ ਉਥੋਂ ਦੀ ਐਸੋਸੀਏਸ਼ਨ ਜਿਹੜੀ ਆ ਹੋਟਲਾਂ ਤੇ ਰੈਸਟੋਰੈਂਟਾਂ ਦੀ ਉਹ ਆਪਣੀ ਇੱਕ ਟੀਮ ਬਣਾ ਕੇ ਤੇ ਹਾਈ ਕੋਰਟ ਪਹੁੰਚਿਆ ਉਨ੍ਹਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣੇ ਦੀ ਸਰਕਾਰ ਨੂੰ ਇਸ ਮਾਮਲੇ 'ਚ ਇੱਕ ਨੋਟਿਸ ਜਾਰੀ ਕਰ ਦਿੱਤਾ ਕਿ ਆਹ ਇੱਕ ਸ਼ਿਕਾਇਤ ਆਈ ਹੈ ਤੇ ਦੇ ਉੱਤੇ ਤੁਸੀਂ ਆਪਣਾ ਪੱਖ ਦੱਸੋ। ਉਦੋਂ ਮੈਂ ਦੱਸਾਂ ਕਿ ਬਹੁਤ ਸਾਰੇ ਥਾਵਾਂ ਤੇ ਇਦਾਂ ਦੀਆਂ ਪਾਬੰਦੀਆਂ ਲੱਗੀਆਂ। ਜਿੱਥੇ ਵੀ ਕਿਤੇ ਲੱਗੀਆਂ ਹਰਿਆਣੇ 'ਚ ਸ਼ਰਾਬ ਬੰਦੀ ਹੋਈ ਨਹੀਂ ਕਾਮਯਾਬ ਹੋਈ ਨਾ ਸੀ। ਪਰ ਜਦੋਂ ਇਹਦੇ ਖਿਲਾਫ ਪਟੀਸ਼ਨਾਂ ਗਈਆਂ ਸੀ ਅਦਾਲਤਾਂ ਵਿੱਚ ਤੇ ਅਦਾਲਤਾਂ ਨੇ ਆਖਿਆ ਸੀ ਸਰਕਾਰ ਨੂੰ ਇਦਾਂ ਕਰਨ ਦਾ ਹੱਕ ਹੈ। ਜੀ ਬਿਹਾਰ ਵਿੱਚ ਸ਼ਰਾਬ ਬੰਦੀ ਹੋਈ ਬੜੇ ਲੋਕਾਂ ਨੇ ਪਟੀਸ਼ਨਾਂ ਕੀਤੀਆਂ ਪਰ ਅਦਾਲਤ ਨੇ ਆਖਿਆ ਕਿ ਸਰਕਾਰ ਨੂੰ ਇਹ ਫੈਸਲਾ ਲੈਣ ਦਾ ਹੱਕ ਹੈ ਹੁਣ ਮੈਨੂੰ ਜੇ ਲੱਗਦਾ ਹਰਿਆਣਾ ਦੀ ਸਰਕਾਰ ਜੋ ਜਵਾਬ ਦੇਵੇਗੀ ਉਹ ਕਹਿ ਸਕਣੂ ਹੱਕ ਹੈ ਤੇ ਅਦਾਲਤ ਅਖੀਰ ਉਸ ਜਵਾਬ ਨੂੰ ਮੰਨ ਸਕਦੀ ਹੈ ਕਿ ਇਹਨਾਂ ਨੂੰ ਇਹ ਪਵਿੱਤਰ ਸ਼ਹਿਰ ਕਰਾਰ ਦੇਣ ਦਾ ਹੱਕ ਹੈ ਜੇ ਤੇ ਨਸ਼ੀਲੇ ਪਦਾਰਥਾਂ ਦਾ ਕੋਈ ਨਵਾਂ ਠੇਕਾ ਖੋਲਦੇ ਹੋਣ ਕੋਈ ਇਹੋ ਜਿਹਾ ਕੰਮ ਕਰਦੇ ਹੋਣ ਕੋਈ ਬੁਚੜਖਾਨਾ ਖੋਲਦੇ ਹੋਣ ਉਦੇ ਖਿਲਾਫ ਸ਼ਿਕਾਇਤ ਆਉਂਦੀ ਹੋਵੇ ਤੇ ਉਹ ਤਾਂ ਅਦਾਲਤ ਤੋਂ ਸ਼ਾਇਦ ਸੁਣ ਲਵੇ ਪਰ ਜਿਹੜੇ ਇਹੋ ਜੀ ਸ਼ਿਕਾਇਤ ਆ ਕਿ ਸਰਕਾਰ ਨੇ ਐਸ ਇਲਾਕੇ ਨੂੰ ਪਵਿੱਤਰ ਇਲਾਕਾ ਐਲਾਨ ਕਿਉਂ ਦਿੱਤਾ ਮੈਨੂੰ ਇਹਦੇ 'ਚ ਕੋਈ ਬਹੁਤਾ ਵਜਨ ਨਹੀਂ ਜਾਪਦਾ ਕਿ ਅਦਾਲਤ ਇਹਨੂੰ ਮੰਨ ਲਓ ਕਿ ਲੱਗਦਾ ਕਿ ਅਦਾਲਤ ਤੇ ਜਾ ਕੇ ਇਹ ਗੱਲ ਨਿਕਲਣੀ ਆ ਕਿ ਸਰਕਾਰ ਨੂੰ ਇਦਾਂ ਕਰਨ ਦਾ ਹੱਕ ਹੈ ਜੋ ਨੇ ਕਰ ਦਿੱਤਾ ਉਹ ਤੇ ਕੋਈ ਰੋਕ ਨਹੀਂ ਲੱਗ ਸਕਦੀ ਜੀ 508 ਤੇ ਚਲੋ ਗੱਲ ਹੋ ਗਈ ਉਸ ਪਵਿੱਤਰ ਇਲਾਕੇ ਦੀ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਕੇਂਦਰੀ ਜਾਂਚ ਏਜੰਸੀਆਂ ਦੀ ਬਹੁਤ ਸਾਰੇ ਸਿਆਸਤਦਾਨਾਂ ਨੂੰ ਡਰ ਰਹਿੰਦਾ ਕਿਤੇ ਸਵੇਰੇ ਉੱਠ ਕੇ ਬੁਹਾਨਾ ਖੜਕੇ ਤੇ ਅਗੋਂ ਕੋਈ ਜਾਂਚ ਏਜੰਸੀ ਵਾਲਾ ਨਾ ਹੋਵੇ ਕਿਉਂਕਿ ਬਹੁਤ ਤਰ੍ਹਾਂ ਦੇ ਦੋਸ਼ ਲੱਗਦੇ ਰਹਿੰਦੇ ਆ ਮਮਤਾ ਬਨਰਜੀ ਦੇ ਭਤੀਜੇ ਨੂੰ ਪਹਿਲਾਂ ਸੀਬੀਆਈ ਨੇ ਸੰਮਣ ਭੇਜੇ ਬਾਅਦ ਦੇ ਵਿੱਚ ਵਾਪਸ ਲੈ ਲਏ ਇਹਦੇ ਪਿਛਲਾ ਕਾਰਨ ਕੀ ਲੱਗਦਾ ਜੀ ਉਸ ਲੱਭਾ ਨਹੀਂ ਸੀ ਮਮਤਾ ਬਨਰਜੀ ਦਾ ਭਤੀਜਾ ਅਭਿਸ਼ੇਕ ਬਨਰਜੀ ਪਹਿਲਾਂ ਰਾਜਨੀਤੀ 'ਚ ਨਹੀਂ ਸੀ ਹੁੰਦਾ ਜੀ 2011 'ਚ ਜਦੋਂ ਪਛਮੀ ਬਗਾਲ ਵਿੱਚ ਕਾਮਰੇਡਾਂ ਦਾ ਚੌਥੀਆਂ ਸਾਲਾਂ ਦਾ ਰਾਜ ਜਿਹੜਾ ਸੀ ਉਹਨੂੰ ਲਾਂਬੇ ਕਰਕੇ ਤੇ ਮਮਤਾ ਬែន ਜੀ ਦੀ ਅਗਵਾਈ ਚ ਤਿਰੰਮੂਲ ਕਾਂਗਰਸ ਪਹਿਲੀ ਵਾਰ ਜਿੱਤੀ। ਉਹਦੇ ਤੋਂ ਬਾਅਦ ਇਹ ਮੁੰਡਾ ਆਪਣੇ ਭੂਆ ਦੇ ਮਗਰ ਸਰਗਰਮ ਹੋਇਆ ਸੀ। ਉਹਨਾਂ ਨੇ ਉਹਨੂੰ ਯੂਥ ਲੀਡਰ ਬਣਾਇਆ ਫਿਰ 2014 ਚ ਪਾਰਲੀਮੈਂਟ ਮੈਂਬਰ ਬਣਾਇਆ। 2019 ਚ ਰਿਕਾਰਡ ਵੋਟਾਂ ਨਾਲ ਸ਼ਾਇਦ 3 ਲੱਖ ਦੇ ਕਰ cận ਜਿੱਤਿਆ ਸੀ। ਫਿਰ ਪਾਰਲੀਮੈਂਟ ਮੈਂਬਰ। ਹੁਣ ਉੱਥੇ ਮਮਤਾ ਬੈਨ ਜੀ ਦੇ ਖਿਲਾਫ ਤਾਂ ਸਿੱਧਾ ਦੋਸ਼ ਲੱਗ ਕੋਈ ਨਹੀਂ ਸਕਦਾ ਉਹ ਤੇ ਬਹੁਤ ਸਿੰਪਲ ਜੀ ਬੀਬੀ ਹਰ ਵਕਤ ਜਦੋਂ ਵੇਖੋ ਬਾਥਰੂਮ ਚੱਪਲ ਪਾਈ ਫਿਰਦੀ ਮੈਂ ਇੱਕ ਵਾਰੀ ਉਹਦੀ ਪਰਜਾਈ ਦੀ ਇੰਟਰਵਿਊ ਪੜੀ ਸੀਗੀ ਉਹ ਇਹ ਕਹਿੰਦੀ ਹੈ ਕਿ ਸਾਡੀ ਨਾਨ ਨੇ ਮਮਤਾ ਨੇ ਅਜੇ ਤੱਕ ਕਦੇ ਕੋਈ ਨਵੀਂ ਸਾੜੀ ਨਿਖਰੀ ਦੀ ਉਹਦਾ ਇੱਕ ਬਚਨ ਨੇ ਕੀਤਾ ਹੋਇਆ ਵਾਅਦਾ ਕੀਤਾ ਹੋਇਆ ਕਿ ਮੈਂ ਹਮੇਸ਼ਾ ਉਹ ਸਾੜੀ ਪਹਿਨਣੀ ਆ ਜਿਹੜੀ ਮੇਰੀਆਂ ਪਰਜਾਈਆਂ ਨੇ ਪਹਿਲਾਂ ਪਹਿਨੀ ਹੋਵੇ ਯਾਨੀ ਸੈਕੰਡ ਹੈਂਡ ਪਾਉਣੀ ਹੈ ਕਦੇ ਵੀ ਮੈਂ ਨਵੀਂ ਲੈ ਕੇ ਨਹੀਂ ਪਾਉਣੀ ਜੀ ਦੂਜੀ ਗੱਲ ਇਹ ਆ ਕਿ ਉਹ ਕਹਿੰਦੀ ਸਾਡੀ ਨਾਨਕ ਕਿਉਂਕਿ ਸਿਰਫ ਚਿੱਟੇ ਰੰਗ ਦੀਆਂ ਸਾੜੀਆਂ ਪਾਉਂਦੀ ਐ ਉਹਦਾ ਕਰਕੇ ਅਸੀਂ ਵੀ ਰੰਗਦਾਰ ਨਹੀਂ ਲੈਂਦੀਆਂ ਅਸੀਂ ਸਭ ਚਿੱਟੀ ਸਾੜੀ ਲੈਂਦੀਆਂ ਇਸ ਕਰਕੇ ਕਿ ਦੀਦੀ ਨੇ ਪਤਾ ਨਹੀਂ ਕਿਹਦੀ ਸਾੜੀ ਵਰਤਣੀ ਐ ਤੇ ਇਸ ਕਰਕੇ ਅਸੀਂ ਸਿਰਫ ਚਿੱਟੀਆਂ ਸਾੜੀਆਂ ਲੈਂਦੀਆਂ ਉਹਦਾ ਕਰਕੇ ਤੇ ਉਹ ਕਹਿੰਦੇ ਅਸੀਂ ਘਰ 'ਚ ਵੀ ਸਾਰੇ ਬਾਥਰੂਮ ਚੱਪਲ ਇਸ ਕਰਕੇ ਵਰਤਦੇ ਆ ਤਾਂ ਕਿ ਦੀਦੀ ਨੇ ਜਿਹੜੇ ਵੀ ਚੱਪਲ ਪਾਉਣੇ ਹੋਵੇ ਉਹਨੂੰ ਸੌਖ ਰਹੇ ਉਹਨਾਂ ਇਹੋ ਜੀ ਜਿਹੜੇ ਸਾਧਵੀਆਂ ਵਰਗੀ ਮੁੱਖ ਮੰਤਰੀ ਉਹਦੇ ਖਿਲਾਫ ਉਹ ਸ਼ਿਕਾਇਤ ਵੀ ਕੀਤੀ ਜਾਵੇ ਕੀ ਕਰਨਗੇ ਜੀ ਉਹਦੇ ਤੇ ਨਹੀਂ ਕੀਤੀ ਉਹਦੇ ਭਤੀਜੇ ਤੇ ਕਰ ਦਿੱਤੀ ਭਤੀਜੇ ਦੇ ਖਿਲਾਫ ਕਈ ਵਾਰੀ ਦੋਸ਼ਦਾਰ ਛੇਦਾਂ ਦੇ ਲਾਏ ਹੈ ਹੈਗਾ ਵੀ ਉਹ ਤੜਲੇਦਾਰ ਹੁਣ ਦੋਸ਼ਾਂ ਦੀ ਪੜਤਾਲ ਵਾਸਤੇ ਟੀਚਰ ਘਟਾਲੇ ਚੋਂ ਨੂੰ ਪੁਸ਼ਕਿਸ਼ ਵਾਸਤੇ ਸੱਦਿਆ ਗਿਆ ਸ ਸਵੇਰੇ ਸਮਨ ਜਾਰੀ ਕੀਤਾ ਤੇ ਸ਼ਾਮ ਤੱਕ ਵਾਪਸ ਲੈਣਾ ਪਿਆ ਗਿਆ ਉਹਦੇ ਚੋਂ ਦੋ ਗੱਲਾਂ ਨੇ ਪਹਿਲੀ ਗੱਲ ਇਹ ਕਿ ਉਹਨੇ ਸਮਨ ਨੂੰ ਹਾਈ ਕੋਰਟ ਚੈਲੰਜ ਕੀਤਾ ਸੀ ਉੱਥੋਂ ਛੋਟਨੇ ਸੀ ਬੜੇ ਤੇ ਸੁਪਰੀਮ ਕੋਰਟ ਦੇਤੇ ਰੋਕ ਲਾ ਚੁੱਕੀ ਸੀ ਕਿ ਇਹਨੂੰ ਸਮਨ ਨਹੀਂ ਕੀਤਾ ਜਾ ਸਕਦਾ ਤੇ ਸੀਬੀਆਈ ਨੇ ਦੇ ਬਾਵਜੂਦ ਸਮਨ ਜਾਰੀ ਕਰਤਾ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਨਾ ਕਰਦੇ ਸੀਬੀਆਈ ਵਾਲੇ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਸੀ ਕਿ ਸੁਪਰੀਮ ਕੋਰਟ ਰੋਕ ਲਾ ਚੁੱਕੀ ਜਦੋਂ ਪਤਾ ਲੱਗਾ ਤੇ ਅਸੀਂ ਵਾਪਸ ਲੈ ਇਦਾਂ ਵੀ ਹੋ ਸਕਦਾ ਹੈ ਕਈ ਵਾਰੀ ਅਣਜਾਣ ਪੁਨੇ ਵਿੱਚ ਵੀ ਹੋ ਜਾਂਦਾ ਗੋਟਕਪੂਰਾ ਕੇਸ ਵਿੱਚ ਪੰਜਾਬ ਦੇ ਜਿਹੜੀ ਵਿਸ਼ੇਸ਼ ਜਾਂ ਟੀਮ ਸੀ ਪੰਜਾਬ ਪੁਲਿਸ ਦੀ ਕਾਂਗਰਸੀ ਰਾਜ ਵੇਲੇ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਮਣ ਭੇਜਤੇ ਸੀ ਪਰ 24 ਘੰਟਿਆਂ ਤੋਂ ਬਾਅਦ ਸਮਣ ਵਾਪਸ ਲੈਣੇ ਪੈ ਗਏ ਸੀ ਕਿਉਂਕਿ ਗੱਲ ਸਾਹਮਣੇ ਆ ਗਈ ਸੀ ਕਿ 65 ਸਾਲ ਤੋਂ ਵੱਧ ਵਾਲੇ ਨੂੰ ਸਮਣ ਕਰਕੇ ਸੱਦਿਆ ਨਹੀਂ ਜਾ ਸਕਦਾ ਉਹਦੇ ਕੋਲ ਜਾਣਾ ਪੈਂਦਾ ਤੇ ਫਿਰ ਉਹ ਸਮਣ ਵਾਪਸ ਲੈ ਕੇ ਤੇ ਆਪ ਕਹੇ ਸੀ ਉਹਦੇ ਕੋਲ ਇਸ ਤਰ੍ਹਾਂ ਕਈ ਵਾਰੀ ਜੇ ਲਾਪਰਵਾਹੀ ਚ ਅਣਜਾਣਪੁਣੇ ਚ ਕਿਸੇ ਵਕਤ ਅੱਖੋਂ ਪਰੋਖੇ ਹੋ ਗਿਆ ਹੋਵੇ ਨજર ਅੰਦਾਜ਼ ਹੋ ਗਿਆ ਹੋਵੇ ਉਹਨਾਂ ਸਮਣ ਜਾਰੀ ਕਰਤਾ ਵਿਵਾਸ ਰਿਹਾ ਕੋਈ ਮਾੜੀ ਗੱਲ ਨਹੀਂ ਪਰ ਜੇ ਜਾਣ ਬੁਝ ਕੇ ਸੰਮਣ ਜਾਰੀ ਕਰਕੇ ਕਿਸੇ ਕਿਸਮ ਦਾ ਨੂੰ ਝਟਕਾ ਦੇਣਾ ਝਟਕਾ ਦੇ ਕੇ ਲੋਕਾਂ ਨੂੰ ਆਖਣਾ ਅਸੀਂ ਤੇ ਇਹਦੇ ਮਗਰ ਲੱਗੇ ਆ ਜੇ ਇਦਾਂ ਦਾ ਪ੍ਰਭਾਵ ਦੇਣਾ ਹੋਵੇ ਤੇ ਉਹ ਸੀਬੀਆਈ ਨੇ ਗਲਤ ਕੀਤਾ ਉਹ ਕੇਂਦਰ ਦੀਆਂ ਏਜੰਸੀਆਂ ਅੱਜਕਲ ਜਿੱਦਾਂ ਚੱਲਦੀਆਂ ਤੇ ਜਿੱਦਾਂ ਉਹਨਾਂ ਦੇ ਨੁਕਤੇ 'ਚ ਨਹੀਂ ਹੁੰਦੀਆਂ ਉਹਨੂੰ ਦੋਵੇਂ ਗੱਲਾਂ ਹੋ ਸਕਦੀਆਂ ਕਿ ਸੈਸਬਾ ਗਲਤੀ ਹੋਈ ਹੈ ਤੇ ਹੁਣ ਨੂੰ ਇਹ ਵੀ ਹੋ ਸਕਦਾ ਸੰਮਣ ਦਿਓ ਬਾਅਦ 'ਚ ਵਾਪਸ ਲਿਓ ਚਲ ਭਜਾਓ ਤਾਂ ਅਸੀਂ ਜੀ ਮਾਰੇ ਨਾਲੋਂ ਭਜਾਇਆ ਵੀ ਚੰਗਾ ਹੁੰਦਾ ਜੀ ਪੰਚੋ ਹਰਿਆਣੇ ਦੇ ਕੁਝ ਇਲਾਕਿਆਂ ਦੇ ਵਿੱਚ ਦਵਾਈਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਹੋਈ ਹੈ। ਇਹਦੇ ਪਿੱਛਲਾ ਕੀ ਕਾਰਨ ਲੱਗਦਾ ਜੀ? ਇਹ ਤੋਂ ਪਹਿਲਾਂ ਵੀ ਬਹੁਤ ਸਾਰੇ ਹਰਿਆਣੇ ਤੋਂ ਇਹ ਚਰਚਾ ਚੱਲਦੀ ਰਹੀ ਹੈ ਕਿ ਭਾਰਤ ਨੇ ਜੋ ਵਿਦੇਸ਼ਾਂ ਵਿੱਚ ਦਵਾਈਆਂ ਭੇਜੀਆਂ ਸੀ ਉਹ ਨਕਲੀ ਸੀ। ਉਹਦੇ ਕਰਕੇ ਆ ਜਾਂ ਕੋਈ ਹੋਰ ਕਾਰਨ ਹੋਵੇ। ਨਹੀਂ, ਉਹ ਮਾਮਲਾ ਨਹੀਂਗਾ ਜਿਹੜੇ ਇਹ ਛਾਪੇਮਾਰੀ ਹੋਈ ਹੈ। ਇਹ ਮੈਨੂੰ ਸਮਝਦਾ ਸਾਡੇ ਪੰਜਾਬ ਵਿੱਚ ਵੀ ਚੈੱਕ ਕਰਨੀ ਚਾਹੀਦੀ ਹੈ। ਜੀ। ਸ਼ਿਕਾਇਤ ਤੇ ਮਿਲੀ ਸੀ ਕਿ ਕੁਝ ਦਵਾਈਆਂ ਇਹੋ ਜਿਹੀਆਂ ਜਿਹੜੀਆਂ ਇੱਕ ਖਾਸ ਟੈਂਪਰੇਚਰ ਵਿੱਚ ਹਮੇਸ਼ਾ ਫ੍ਰਿਜ ਵਿੱਚ ਰੱਖਣੀਆਂ ਚਾਹੀਦੀਆਂ। ਜੀ। ਦੇਖੋ ਜੀ ਫ੍ਰੀਜਰ 'ਚ ਰੱਖਣ ਵਾਲੀਆਂ ਵੀ ਹੁੰਦੀਆਂ ਫ੍ਰਿਜ ਵੀ ਤਾਂ ਠੰਡੇ ਆ ਨਹੀਂ ਫ੍ਰੀਜ 'ਚ ਬੜੇ ਜੰਮਣ ਵਾਲਾ ਥਾ ਦੇਖੇ ਹੁੰਦੇ ਆ ਬਿਲਕੁਲ ਪਤਾ ਇਹ ਲੱਗਾ ਹਰਿਆਣਾ ਦੇ ਸਿਹਤ ਵਿਭਾਗ ਨੂੰ ਖਾਸ ਕਰਕੇ ਸਿਹਤ ਮੰਤਰੀ ਨੂੰ ਕਿ ਬਹੁਤ ਸਾਰੇ ਦਵਾਈਆਂ ਵਾਲੇ ਜਿਹੜੇ ਖਰਚਾ ਬਚਾਉਣ ਲਈ ਇਹ ਸੋਚ ਕੇ ਕਿ ਫ੍ਰਿਜ ਠੰਡਾ ਹੀ ਠੰਡਾ ਰਾਤ ਨੂੰ ਫ੍ਰਿਜ ਬੰਦ ਕਰ ਜਾਂਦੇ ਸਵੇਰੇ ਆ ਕੇ ਉਹ ਦੁਬਾਰਾ ਖੋਲਦੇ ਆ ਉਹ ਰਾਤ ਰਾਤ ਜਿਹੜੇ ਫ੍ਰਿਜ ਹੁੰਦੇ ਆ ਉਹਨਾਂ ਚਿਰ ਤੱਕ ਉਹ ਠੰਡੇ ਨਹੀਂ ਰਹਿੰਦੇ ਜਿੰਨਾ ਟੈਂਪਰੇਚਰ ਚ ਚਾਹੀਦਾ ਉਹ ਨੇਰੀਂ ਦਾ ਉਹਨਾਂ ਚ ਕੁਝ ਦਵਾਈਆਂ ਖਰਾਬ ਹੋ ਜਾਂਦੀਆਂ ਕੁਝ ਦਵਾਈਆਂ ਇਹੋ ਜੀਆਂ ਜਿਹੜੀਆਂ ਖਰਾਬ ਗਿਆ ਦਿਖਦੀਆਂ ਨਹੀਂ ਪਰ ਉਹਨਾਂ ਦੇ ਮਤਲਬ ਅੰਦਰੋਂ ਜਿਹੜਾ ਉਹਨਾਂ ਦਾ ਅਸਰ ਘਟ ਜਾਂਦਾ ਇਹਦੇ باوجود ਉਹ ਉਥੋਂ ਕੱਢਦੇ ਆ ਤੇ ਸੀਲਡ ਦਵਾਈਆਂ ਉਸੇ ਤਰ੍ਹਾਂ ਹੀ ਗਾਹਕਾਂ ਨੂੰ ਵੇਚ ਦਿੰਦੇ ਆ ਤੇ ਅੱਗੋਂ ਜਾ ਕੇ ਗਾਹਕ ਜੜਿਆ ਉਹਨਾਂ ਦਾ ਕੀ ਬਣਨਾ ਕੀ ਨਹੀਂ ਬਣਨਾ ਅੱਗੇ ਤੇ ਭਾਗ ਲੱਸੀਏ ਵਾਲੀ ਗੱਲ ਹੁੰਦੀ ਆ ਹੁਣ ਇਹਨਾਂ ਨੇ ਛਾਪੇ ਮਰਵਾਏ ਸ਼ਾਇਦ 12-13 ਸ਼ਹਿਰਾਂ 'ਚ 600 ਵਜੇ ਆ 30-40 ਦੁਕਾਨਾਂ ਤੇ ਬੱਜੇ ਆ ਉਹਨਾਂ 'ਚੋਂ 10 ਦੁਕਾਨਾਂ ਬੰਦ ਹੋਈਆਂ ਕਿ ਵੀ ਹੋਈਆਂ ਮੇਰੇ ਕੋਲ ਪੂਰੀ ਗਿਣਤੀ ਨਹੀਂ ਪਰ ਇਹ ਕਲ ਪੱਕੀ ਆ ਕਿ ਹਰਿਆਣੇ ਦੀ ਸਰਕਾਰ ਨੇ ਇਹ ਛਾਪੇ ਮਰਵਾ ਕੇ ਉਹ ਦਵਾਈਆਂ ਦੀਆਂ ਦੁਕਾਨਾਂ ਫੜੀਆਂ ਨੇ ਜਿਹੜੀਆਂ ਦਵਾਈਆਂ ਦੇ ਬਾਰੇ ਜ਼ਰੂਰੀ ਹਦਾਇਤਾਂ ਦੀ ਪਾਲਣਾ ਨਹੀਂ ਕਰਦੀਆਂ ਫ੍ਰਿਜ ਦੀ ਬਿਜਲੀ ਵੜਨ ਦਾ ਜਿਹੜਾ ਖਰਚਾ ਇਹ ਬਹੁਤ ਵੱਡਾ ਖਰਚਾ ਨਹੀਂ ਹੁੰਦਾ ਪਰ ਉਹਨਾਂ ਖਰਚਾ ਬਚਾਉਣ ਵਾਸਤੇ ਵੀ ਘਰ ਨੂੰ ਜਾਣ ਲੱਗਿਆਂ ਰਾਤ ਫ੍ਰਿਜ ਬੰਦ ਕਰ ਜਾਂਦੇ ਇਹ ਜਿਹੜੀ ਗੱਲ ਉਹ ਕਰਦੇ ਸੀ ਤੁਸੀਂ ਕਿਸੇ ਸਮੇਂ ਦੇ ਵੀ ਇਕੱਲੇ ਹਰਿਆਣਾ ਚ ਹੁੰਦਾ ਵੇ ਸਾਡੇ ਪੰਜਾਬ ਵਿੱਚ ਵੀ ਹੁੰਦਾ ਔਰ ਕਈ ਕੁਸ਼ ਦਾ ਪੰਜਾਬ 'ਚ ਇੱਥੇ ਤਾਂ ਇਹ ਵੀ ਹੈ ਕਿ 2-3 ਵਾਰ ਹੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਚੁੱਕੀਆਂ ਕਿ ਕਿਸੇ ਦੇ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਉਹ ਬਾਹਰ ਵਿਦੇਸ਼ ਵਿੱਚ ਬੈਠੇ ਸਨ ਵਿਦੇਸ਼ ਵਾਲਾ ਨੇ ਆਖਿਆ ਜੀ ਇਹਨੂੰ ਇੱਥੇ ਰੱਖ ਲਓ ਤੇ ਅਸੀਂ ਫਲਾਣੀ ਤਰੀਕ ਨੂੰ ਆਵਾਂਗੇ ਤੇ ਅੰਤਮ ਸੰਸਕਾਰ ਕਰਦੇ ਆਂਗੇ ਦਿਨ ਵੀ ਬਹੁਤੇ ਨਹੀਂ ਸੀ 2-3 ਜਦੋਂ ਆਏ ਤੇ ਸਾਰਾ ਪਰਿਵਾਰ ਗਿਆ ਡੈੱਡ ਬਾਡੀ ਲੈਣ ਵਾਸਤੇ ਲਾਸ਼ ਲੈਣ ਵਾਸਤੇ ਤੇ ਉਹਨਾਂ ਨੇ ਲਾਸ਼ ਦੇ ਦਿੱਤੀ ਟੱਕਣ ਖੋਲਿਆ ਤੇ ਲਾਸ਼ ਮੁਸ਼ਕਮਾਰੇ ਹੂੰ ਉਹ ਕਿਉਂ ਸ਼ਿਕਾਇਤ ਕੀਤੀ ਇੱਕ ਕਿਸਤਾ ਤੇ ਮੈਨੂੰ ਆਪ ਨੂੰ ਪਤਾ ਇੰਗਲੈਂਡ ਤੋਂ ਆਏ ਸੀ ਉਹ ਕੁੜੀ ਵਿਚਾਰੀ ਆਪਣੇ ਬਾਪ ਦੀ ਲਾਸ਼ ਵੇਖ ਕੇ ਤਾਂ ਹੀ ਮਾਰ ਕਰ ਰਹੀ ਕਿ ਮੇਰੇ ਬਾਪ ਦੀ ਲਾਸ਼ ਖਰਾਬ ਕਰਤੀ ਹੈ ਰਾਤ ਪਤਾ ਇਹ ਲੱਗਾ ਕਿ ਜਿਹੜਾ اٹੈਂਡੈਂਟ ਸੀ ਉਹ ਸ਼ਰਾਬੀ ਕੇ ਪਿਆਰ ਆ ਤੇ ਜਿਨ੍ਹਾਂ ਨੇ ਚੈੱਕ ਕਰਨਾ ਸੀ ਉਹ ਇਹ ਸਮਝ ਕੇ ਕਿ اٹੈਂਡੈਂਟ ਹੈਗਾ ਚਲੋ ਕੀ ਫਰਕ ਪੈਂਦਾ ਉਹ ਪਤਾ ਕਰਨੇ ਨਹੀਂ ਆਏ ਤੇ ਰਾਤ ਰਾਤ ਲਾਸ਼ ਮੁਸਕ ਮਾਰ ਗਈ ਫਿਰ ਚਾਰਜਪ੍ਰੀ ਇੱਕ ਦੂਸਰੇ ਦੇ ਉੱਤੇ ਬਲੇਮ ਗੇਮ ਆ ਨੀ ਆ ਫਲਾਣਾ ਦੋਸ਼ੀ ਫਲਾਣਾ ਨਹੀਂ ਫਲਾਣਾ ਦੋਸ਼ੀ ਹੈ ਇਹ ਪੰਜਾਬ ਵਿੱਚ ਭਾਰਤ ਵਿੱਚ ਆਮ ਰਵਾਜ ਹੈ ਕਿ ਵੱਡਾ ਛੋਟੇ ਦਾ ਦੋਸ਼ ਕਰਦਾ ਛੋਟਾ ਆਪਣੇ ਤੋਂ ਛੋਟੇ ਦੇ ਉੱਤੇ ਅਖੀਰ ਜਾ ਕੇ ਜਿਹੜਾ ਸਭ ਤੋਂ ਹੇਠਲਾ ਹੁੰਦਾ ਉਦੇ ਖਿਲਾਫ ਕਹਿੰਦੇ ਕਾਰਵਾਈ ਕਰ ਦਿਓ ਇਹ ਕੰਮ ਵੀ ਪੰਜਾਬ ਵਿੱਚ ਵੀ ਹੋ ਜਾਂਦਾ ਜੀ ਮੈਂ ਸਮਝਦਾ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਪੰਜਾਬ ਦੇ ਵਿੱਚ ਵੀ ਜਿਹੜੇ ਵੱਡੇ ਮੈਡੀਕਲ ਸਟੋਰ ਆ ਛੋਟੇ ਮੈਡੀਕਲ ਸਟੋਰ ਆ ਇਹਨਾਂ ਸਾਰਿਆਂ ਦੇ ਬਿਜਲੀ ਦੇ ਬਿੱਲਾਂ ਦੀ ਚੈਕਿੰਗ ਕਰਾਉਣੀ ਚਾਹੀਦੀ ਹੈ ਇਹਨਾਂ ਦੀ ਚੈਕਿੰਗ ਕਰਨੀ ਚਾਹੀਦੀ ਆ ਉਹਨਾਂ ਨੇ ਤਾਂ ਇਹ ਕੀਤਾ ਕਿ ਸਵੇਰੇ ਜਾ ਕੇ ਦੁਕਾਨਾਂ ਖੁੱਲਣ ਲੱਗਿਆ ਉੱਥੇ ਚੈਕਿੰਗ ਸ਼ੁਰੂ ਕੀਤੀ ਇੱਥੇ ਪੰਜਾਬ ਵਿੱਚ ਚੈਕਿੰਗ ਜਿਹੜੀ ਸਡਨ ਚੈਕਿੰਗ ਆ ਅਚਾਨਕ ਚੈਕਿੰਗ ਉਕਰਾਉਣ ਵਾਸਤੇ ਜੇ ਅੱਧੀ ਰਾਤ ਨੂੰ ਉਠਾ ਕੇ ਵੀ ਲਿਆ ਕੇ ਆਖਣਾ ਪਵੇ ਤੁਹਾਡਾ ਚੈੱਕ ਕਰਨਾ ਬਿਲਕੁਲ ਤੇ ਇਨਕਾਰ ਨਹੀਂ ਕਰ ਸਕਦੇ ਲਾਇਸੈਂਸੀ ਨੇ ਲਾਇਸੈਂਸੀ ਹੋਣ ਕਰਕੇ ਉਹਨਾਂ ਨੂੰ ਆ ਕੇ ਚੈੱਕ ਕਰਾਉਣਾ ਪਵੇਗਾ ਔਰ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਲਵਾੜ ਨਹੀਂ ਕੀਤਾ ਜਾ ਸਕਦਾ ਪੰਡਤ ਸਾਹਿਬ ਜਾਂਦੇ ਜਾਂਦੇ ਗੱਲ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੰਨਿਕ ਦੀ ਕਰਨੀ ਹੈ ਇਹ ਪਤਾ ਚੱਲਿਆ ਕਿ ਕਿਹਾ ਜਾ ਰਿਹਾ ਕਿ ਉਹਨਾਂ ਨੇ ਆਪਣੇ ਧਰਮ ਪਤਨੀ ਦੀ ਮਦਦ ਕੀਤੀ ਹੈ ਇਹ ਕਿਹੜਾ ਕੇਸ ਹੈ ਜਿਸ ਵਿੱਚ ਮਦਦ ਕੀਤੀ ਹੈ ਤੇ ਹੁਣ ਰਿਸ਼ੀ ਸੁੰਨਿਕ ਉੱਤੇ ਦੋਸ਼ ਲੱਗਦੇ ਪਏ ਹਨ ਦਕੋ ਰਿਸ਼ੀ ਸੋਨਿਕ ਨੂੰ ਇੱਕ ਤਾਜ ਤੱਕ ਭਾਰਤੀ ਮੂਲ ਦਾ ਕਿਹ ਜਾਂਦੇ ਉਹਦੇ ਮਾਂ ਬਾਪ ਭਾਰਤ ਤੋਂ ਗਏ ਸੀ ਉਹ ਤੇ ਭਾਰਤੀ ਨਹੀਂ ਉੱਥੇ ਜੰਮਿਆ ਪੜਿਆ ਜੀ ਉੱਥੋਂ ਦਾ ਜਨਮ ਤੋਂ ਨਾਗਰਿਕ ਬ੍ਰਿਟਾਨਵੀਆ ਦੂਸਰਾ ਇਹ ਕਿਉਂ ਮੁੰਡਾ ਚੰਗਾ ਇੰਟੈਲੀਜੈਂਟ ਆ ਪੜਿਆ ਲਿਖਿਆ ਉਹਨੇ ਸੋਨਾ ਕੰਮ ਕੀਤਾ ਉਹਨਾਂ ਦੀ ਪਾਰਟੀ ਨੂੰ ਮੌਕਾ ਦਿੱਤਾ ਖਜ਼ਾਨਾ ਮੰਤਰੀ ਬਣਿਆ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਸਾਡੇ ਵੱਲੋਂ ਵਧਾਈਆਂ ਠੀਕ ਹੈ ਸਾਰੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਸੀ ਜਿਹੜੀ ਕੁੜੀ ਨਾਲ ਉਹ ਵਿਆਹਿਆ ਉਹ ਪਰ ਦੇ ਇੱਕ ਬਹੁਤ ਵੱਡੇ ਇੰਡਸਟਰੀਲਿਸਟ ਦੀ ਧੀ ਹੈ ਉਹਦੇ ਦੋ ਬੱਚੇ ਨੇ ਮੁੰਡਾ ਕੁੜੀ ਉਹਨਾਂ ਚੋਂ ਕੁੜੀ ਜਿਹੜੀ ਹੈ ਰਿਸ਼ੀ ਸੋਨਿਕ ਨਾਲ ਵਿਆਹੀ ਹੈ ਰਿਸ਼ੀ ਸੋਨਿਕ ਦੇ ਉੱਤੇ ਪਹਿਲਾਂ ਵੀ ਦੋਸ਼ ਲੱਗਦਾ ਸੀ ਉਹਦੇ ਤੇ ਨਹੀਂ ਉਹਦੀ ਪਤਨੀ ਤੇ ਕਿਉਂ ਟੈਕਸਾਂ ਦੇ ਮਾਮਲੇ 'ਚ ਕੁਝ ਕੰਪਨੀਆਂ ਦੇ ਟੈਕਸ ਭਾਰਤ ਨੂੰ ਕੁਝ ਉੱਥੇ ਉਹ ਕਹਿੰਦੀ ਸੀ ਕਿ ਜਿਹੜੀਆਂ ਮੇਰੀਆਂ ਕੰਪਨੀਆਂ ਭਾਰਤ ਤੋਂ ਚੱਲਦੀਆਂ ਭਾਰਤ ਨੂੰ ਟੈਕਸ ਦੇ ਰਹੀਆਂ ਜਿਹੜੀ ਇੱਥੇ-ਇੱਥੇ ਦੇ ਰਹੀ ਮੈਂ ਦੋਵਾਂ 'ਚ ਕੋਈ ਟੈਕਸਾਂ ਚੋਰੀ ਨਹੀਂ ਕਰ ਰਹੀ ਉਹਨਾਂ ਦੋਸ਼ਾਂ 'ਚ ਇਲਜ਼ਾਮ ਨਹੀਂ ਸੀ ਕੋਈ ਵਜਨ ਨਹੀਂ ਸੀ ਹੁਣ ਗੱਲ ਇਹ ਨਿਕਲੀ ਆ ਕਿ ਰਿਸ਼ੀ ਸੋਨਿਕ ਨੇ ਬਜਟ ਪੇਸ਼ ਹੋਣ ਤੋਂ ਪਹਿਲਾਂ ਬਾਹਰ ਕਿਤੇ ਚਰਚਾ 'ਚ ਇਹ ਗੱਲ ਕਹਿਤੀ ਕਿ ਬੱਚਿਆਂ ਨੂੰ ਸੰਭਾਲਣ ਵਾਲੀਆਂ ਚਾਈਲਡ ਕੇਅਰ ਵਾਲੀਆਂ ਜਿਹੜੀਆਂ ਕੰਪਨੀਆਂ ਉਸ ਕੰਪਨੀ ਨੂੰ ਅਸੀਂ ਇੰਨੀ ਸਹੂਲਤ ਦੇਾਂਗੇ ਇੰਨੇ ਕੁ ਛੋਟਾਂ ਦੇਾਂ ਇਹਦਾ ਪੈ ਗਿਆ ਰੌਲਾ ਕਿਉਂਕਿ ਚਾਈਲਡ ਕੇਅਰ ਵਾਲੀ ਇੱਕ ਬਹੁਤ ਵੱਡੀ ਕੰਪਨੀ ਜਿਹੜੀ ਆ ਉਹਦੇ 'ਚ ਰਿਸ਼ੀ ਸੋਨਿਕ ਦੀ ਆਪਣੀ ਪਤਨੀ ਦੇ ਸ਼ੇਅਰ ਨੇ ਉਹ ਕਹਿੰਦੇ ਕਿ ਇਹ ਬਿਆਨ ਦੇ ਕੇ ਉਹਨੇ ਆਪਣੇ ਉਸ ਕੰਪਨੀ ਦਾ ਫਾਇਦਾ ਕਰਨ ਦਾ ਯਤਨ ਕੀਤਾ ਜਿਹਦੇ ਚ ਉਹਦੀ ਆਪਣੀ ਪਤਨੀ ਦੇ ਸ਼ੇਅਰ ਨੇ ਆਪਣੇ ਪਰਿਵਾਰ ਦੇ ਹਿੱਤ ਜਿਹੜੇ ਉਹ ਅੱਗੇ ਵਧਾਉਣ ਵਾਸਤੇ ਆਪਣੀ ਪੋਜੀਸ਼ਨ ਦੀ ਦੁਰਵਰਤੋਂ ਕੀਤੀ ਹੈ ਇਹ ਮਾਮਲਾ ਪਾਰਲੀਮੈਂਟ ਚ ਲੱਗਾ ਇਸ ਲਈ ਪਾਰਲੀਮੈਂਟ ਦੀ ਇੱਕ ਟੀਮ ਰਿਸ਼ੀ ਸੁਨਿਕ ਦੇ ਖਿਲਾਫ ਪੜਤਾਲ ਕਰਦੀ ਪਈ ਹੈ ਇਹੋ ਗੱਲਾਂ ਨੇ ਜਿਹੜੀਆਂ ਭਾਰਤ ਦੇ ਪ੍ਰੈਸ ਵਿੱਚ ਆਈਆਂ ਮੈਨੂੰ ਨਹੀਂ ਪਤਾ ਇੰਗਲੈਂਡ 'ਚ ਬੈਠੇ ਲੋਕ ਕੀ ਸੋਚਦੇ ਆ ਤੇ ਉਹਨਾਂ ਕੋਲ ਕੀ ਸੋਚਣਾ ਪਰ ਜੇ ਇਹ ਗੱਲ ਸੱਚੀ ਮੁੱੱਚੀ ਇਦਾਂ ਹੋਈ ਹੋਵੇ ਕਿ ਮੈਂ ਸਮਝਦਾ ਹਾਂ ਰਿਸ਼ੀ ਸੋਨਿਕ ਨੂੰ ਇਦਾਂ ਕਰਨਾ ਨਹੀਂ ਸੀ ਚਾਹੀਦਾ ਉਹਨੇ ਕਰਕੇ ਜਿਹੜੇ اخلاقی ਨਿਜਮੇ ਉਹਨੇ ਰੰਗਣਾ ਕੀਤੀ ਹੈ ਕਾਨੂੰਨੀ ਤੌਰ ਤੇ ਕੀ ਇਹ ਉੱਥੇ ਲੋਕ ਜਾਣ ਬਿਲਕੁਲ ਪ੍ਰਿੰਸਾ ਵੀ ਉੱਥੋਂ ਦੇ ਲੋਕ ਜਾਣਦੇ ਨੇ ਤੁਸੀਂ ਐਂ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਟੈਕਟਰੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ